ਨਾਭਾ ਜੇਲ੍ਹ ਦੇ ਮੁੱਖ ਸਾਜ਼ਿਸ਼ਕਰਤਾ ਰਮਨਦੀਪ ਸਿੰਘ ਰੋਮੀ ਨੂੰ ਲੈ ਕੇ ਜੋ ਪੰਜਾਬ ਪੁਲਿਸ ਇੱਥੇ ਪਹੁੰਚ ਗਿਆ ਤੇ ਹੁਣ ਪੰਜਾਬ ਪੁਲਿਸ ਰਮਨਜੀਤ ਸਿੰਘ ਰੋਮੀ ਨੂੰ ਨਾਭਾ ਦੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕਰੇਗੀ। ਤੁਸੀਂ ਤਸਵੀਰਾਂ ਵਿੱਚ ਸਾਫ਼ ਵੇਖ ਸਕਦੇ ਹੋ ਕਿ ਰਮਨਜੀਤ ਰੋਮੀ ਨੂੰ ਇੱਥੇ ਲੈ ਕੇ ਆ ਰਹੀ ਆ। ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਲੈ ਕੇ ਪੁਲਿਸ ਸਿੱਧੀਆਂ ਤਸਵੀਰਾਂ ਤੁਸੀਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਿਊਜ਼ 18 ਪੰਜਾਬ ਦੇ। ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਪੁਲਿਸ ਲੈ ਕੇ ਪਹੁੰਚ ਚੁੱਕੀ ਆ। ਸਿਰਫ ਨਿਊਜ਼ 18 ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਰਮਨਜੀਤ ਰੋਮੀ ਤੇ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਬ੍ਰੇਕ ਵਿੱਚ ਵੱਡਾ ਹੱਥ ਸੀ। ਇਸ ਤੋਂ ਇਲਾਵਾ ਦੋ ਮਾਮਲੇ ਦਰਜ ਨੇ, ਇੱਕ ਨਾਭਾ ਜੇਲ੍ਹ ਬ੍ਰੇਕ ਤੇ 142 ਨੰਬਰ ਤੇ ਦੂਜਾ 60 ਨੰਬਰ ਮਾਮਲਾ ਦਰਜ ਹੈ। ਤੇ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਰਮਨਜੀਤ ਰੋਮੀ ਨਾਲ ਜਾ ਰਿਹਾ, ਪੁਲਿਸ ਫੋਰਸ ਦੇ ਨਾਲ ਜਾ ਰਿਹਾ ਗਾ ਰਮਨਜੀਤ ਰੋਮੀ। ਤੇ ਰਮਨਜੀਤ ਰੋਮੀ ਜਾ ਰਿਹਾ ਗਾ ਤੇ ਤੁਸੀਂ ਤਸਵੀਰਾਂ ਵਿੱਚ ਸਾਫ਼ ਵੇਖ ਸਕਦੇ ਹੋਗੇ ਕਿ ਰਮਨਜੀਤ ਰੋਮੀ ਦੇ ਉੱਪਰ ਪਹਿਲਾਂ ਵੀ ਪੰਜਾਬ ਵਿੱਚ ਕਈ ਮਾਮਲੇ ਦਰਜ ਨੇ, ਜਿਵੇਂ ਕਿ ਲੁਧਿਆਣਾ ਵਿਖੇ ਕਤਲ ਦਾ ਅਤੇ ਹੋਰ ਲੁੱਟਾਂ ਖੋਹਾਂ ਦੇ ਮਾਮਲੇ, ਫਰੌਤਿਆਂ ਦੇ ਮਾਮਲੇ ਦਰਜ ਹਨ। ਤੁਸੀਂ ਤਸਵੀਰਾਂ ਵਿੱਚ ਸਾਫ਼ ਵੇਖ ਸਕਦੇ ਹੋ ਕਿ ਵੱਡੀ ਭਾਰੀ ਫੋਰਸ ਦੇ ਤਹਿਤ ਪੁਲਿਸ ਡਿਊਟੀ ਮੈਜਿਸਟਰੇਟ ਨਾਭਾ ਦੇ ਕੋਲ ਪਹੁੰਚੀ ਹੈ ਅਤੇ ਹੁਣ ਪੇਸ਼ ਹੋਣ ਤੋਂ ਬਾਅਦ ਫਿਰ ਇਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਵੀ ਹੋਵੇਗਾ ਤੇ ਹੁਣ ਪੁਲਿਸ ਉਹਨਾਂ ਨੂੰ ਡਿਊਟੀ ਮੈਜਿਸਟਰੇਟ ਨਾਭਾ ਦੇ ਕੋਲ ਲੈ ਕੇ ਜਾ ਰਹੀ ਹੈ ਤੇ ਵਕੀਲ ਸਾਹਿਬ ਵੀ ਇੱਥੇ ਪਹੁੰਚ ਰਹੇ। ਵਕੀਲ ਸਾਹਿਬ ਇੱਥੇ ਜੋ ਬਚਾਓ ਪੱਖ ਦੇ ਵਕੀਲ ਨੇ ਉਹ ਵੀ ਇੱਥੇ ਪਹੁੰਚੇ ਨੇ ਅਤੇ ਉਹ ਵੀ ਆਪਣਾ ਤਰਕ ਰੱਖਣਗੇ। ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਰਮਨਜੀਤ ਰੋਮੀ ਨੂੰ ਪੁਲਿਸ ਸਵੇਰੇ 3:06 ਤੇ ਇੱਥੇ ਲੈ ਕੇ ਪਹੁੰਚੀ ਆ। ਰਮਨਜੀਤ ਰੋਮੀ ਤੇ ਦੋ ਮਾਮਲੇ ਦਰਜ ਨੇ, ਇੱਕ ਜੇਲ੍ਹ ਬ੍ਰੇਕ ਤੋਂ ਪਹਿਲਾਂ 60 ਨੰਬਰ ਮਾਮਲਾ ਅਤੇ ਦੂਜਾ 142 ਨੰਬਰ ਮਾਮਲਾ ਦਰਜ ਹੈ। ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਪਹੁੰਚੀ ਆ, ਇੱਥੇ ਡਾਕਟਰੀ ਮੁਆਇਨਾ ਹੋਏਗਾ। ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਈਏ, ਸਿਰਫ ਨਿਊਜ਼ 18 ਪੰਜਾਬ ਦੀਆਂ ਐਕਸਕਲੂਸਿਵ ਤਸਵੀਰਾਂ ਨੇ। ਡੀਐਸਪੀ ਦਵਿੰਦਰ ਅਤਰੀ ਜੀ, ਆਈਜੀ ਸਾਹਿਬ ਅਤੇ ਹੋਰ ਆਲਾ ਅਧਿਕਾਰੀ ਨਾਲ ਮੌਜੂਦ ਨੇ। ਤੁਸੀਂ ਤਸਵੀਰਾਂ ਵਿੱਚ ਸਾਫ਼ ਸੇ ਦੇਖ ਸਕਦੇ ਹੋ ਰਮਨਜੀਤ ਸਿੰਘ ਰੋਮੀ ਨੂੰ ਇੱਥੋਂ ਬਾਹਰ ਕੱਢ ਰਹੇ ਨੇ ਕਿਉਂਕਿ ਰਮਨਜੀਤ ਰੋਮੀ ਦਾ ਜੇਲ੍ਹ ਬ੍ਰੇਕ ਦੇ ਜੋ ਆਰੋਪ ਨੇ ਉਹਨਾਂ ਨੂੰ ਹਾਂਗਕਾਂਗ ਤੋਂ ਨਾਭਾ ਵਿਖੇ ਲਿਆਂਦਾ ਗਿਆ। ਤੁਸੀਂ ਤਸਵੀਰਾਂ ਵਿੱਚ ਸਾਫ਼ ਵੇਖ ਸਕਦੇ ਹੋ ਕਿ ਰਮਨਜੀਤ ਸਿੰਘ ਰੋਮੀ ਉਹਨਾਂ ਨੂੰ ਪੁਲਿਸ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਚੁੱਕੇ ਹੈ ਤੇ ਤਸਵੀਰਾਂ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਭਾਰੀ ਪੁਲਿਸ ਫੋਰਸ ਦੇ ਚੱਲਦਿਆਂ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ। ਰਮਨਜੀਤ ਸਿੰਘ ਰੋਮੀ ਰੋਮੀ ਦੀਆਂ ਤਸਵੀਰਾਂ ਤੁਸੀਂ ਬੜਾ ਵੱਡੇ ਤੌਰ ਤੇ ਦੇਖ ਸਕਦੇ ਹੋ। ਰਮਨਜੀਤ ਤਸਵੀਰਾਂ ਵਿੱਚ ਤੁਸੀਂ ਉਹ ਕੱਢ ਦਿਓ ਯਾਰ, ਮੈਂ ਕੱਢ ਲਿਆ ਹੁਣ, ਬਸ ਕਰ ਯਾਰ, ਕੱਢ ਲਿਆ ਛੱਡ ਪਰਾਂ।
ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਮਨਜੀਤ ਸਿੰਘ ਰੋਮੀ ਜਿਹਦਾ ਕਿ ਮੈਡੀਕਲ ਚੈੱਕਅਪ ਚੱਲ ਰਿਹਾ ਹੈਗਾ। ਹੈਲੋ, ਸੋ ਪੂਰੀ ਟੀਮ ਜਿਹੜੀ ਹੈ ਕੜੀ ਸੁਰੱਖਿਆ ਦੇ ਤਹਿਤ 4:05 ਦਾ ਸਮਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਵੱਡਾ ਕਾਫਲਾ ਰਮਨਜੀਤ ਸਿੰਘ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਲਿਆਂਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇ ਰਮਨਜੀਤ ਰੋਮੀ ਜੇਲ੍ਹ ਬ੍ਰੇਕ ਦਾ ਮੁੱਖ ਸਾਜ਼ਿਸ਼ ਕਰਤਾ ਹੈ ਤੇ ਨਾਲ ਹੀ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਐਂਟਰ ਕਰ ਰਿਹਾ। ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿਓ ਨਵੀਂ ਜ਼ਿਲ੍ਹਾ ਜੇਲ੍ਹ ਦੀਆਂ ਤਸਵੀਰਾਂ ਨੇ, ਇੱਕ ਤੋਂ ਬਾਅਦ ਇੱਕ ਗੱਡੀ ਇੱਥੇ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਪਹੁੰਚ ਰਹੀ ਹੈ ਤੇ ਰਮਨਜੀਤ ਰੋਮੀ ਜੇਲ੍ਹ ਬ੍ਰੇਕ ਵਿੱਚ ਜੋ 2 ਅੱਤਵਾਦੀ ਅਤੇ 4 ਗੈਂਗਸਟਰ ਨੂੰ ਇੱਥੇ ਭਜਾ ਕੇ ਲੈ ਗਏ ਸਨ, ਇਹਨਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਵੱਡਾ ਕਾਫਲਾ ਇੱਥੇ ਪਹੁੰਚ ਚੁੱਕਿਆ ਹੈ ਤੇ ਰਮਨਜੀਤ ਰੋਮੀ ਹੁਣ ਜੁਡੀਸ਼ੀਅਲ ਕਸਟਡੀ ਵਿੱਚ ਰਹੇਗਾ। ਰਮਨਜੀਤ ਸਿੰਘ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ, ਇੱਕ ਆਪਣੀ ਜਿਹੜੀ ਨਾਭਾ ਜੇਲ੍ਹ ਬ੍ਰੇਕ 2016 ਦੇ ਵਿੱਚ ਹੋਈ ਸੀ, ਮਾਸਟਰ ਮਾਈਂਡ ਸੀ, ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆ ਅਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ, ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੀ ਸਾਰੇ, ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਇਹਨੂੰ ਜੱਜਾਂ ਤੇ ਪੇਸ਼ ਕੀਤਾ ਕੋਰਟ ਦੇ ਵਿੱਚ, ਤਾਂ ਇਹਦਾ ਜਿਹੜਾ ਹੈਗਾ ਅਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ। ਕਿਹੜੀ ਜੇਲ੍ਹ ਵਿੱਚ ਸਰ? ਹਲੇ ਜਿਹੜੇ ਹੈਗੇ ਨਿਊ ਜੇਲ੍ਹ ਨਾਭਾ ਦੇ ਵਿੱਚ ਭੇਜ ਰਹੇ ਹਾਂ। ਜਿਹੜਾ 2016 ਦੇ ਵਿੱਚ 1 ਨਵੰਬਰ ਮਹੀਨੇ ਦੇ ਵਿੱਚ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਬ੍ਰੇਕ ਹੋਈ ਸੀ, ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰ ਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ, ਜੋ ਇਹਦੀ ਜਿਹੜੀ ਹੈਗੀ ਐਕਸਟ੍ਰਾਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ, ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ, ਤਾਂ ਉਹਦੇ ਫਾਈਨਲ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਆ, ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਆ, ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ। ਸਰ, ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ? ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੇਲ੍ਹ ਦੇ। ਥੈਂਕ ਯੂ ਜੀ। ਅਸੀਂ ਗਲਵੱਟੀ ਦੀ ਗ੍ਰਿਫਤਾਰੀ ਹੋ ਸਕਦੀ ਹੈ? ਨਹੀਂ, ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ, ਸਿਰਫ ਫਿਲਹਾਲ ਅਸੀਂ ਜਿਹੜਾ ਇਹ ਪੂਰੀ ਇਸ ਤੋਂ ਫੈਸਲਾ ਕੀ ਮੈਟਰ ਆਫ ਪ੍ਰਾਊਡ ਫਾਰ ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਮਿਸਟਰ ਗੌਰਵ ਯਾਦਵ, ਉਹਨਾਂ ਦੀ ਰਹਿਨਮਾਈ ਹੇਠ ਸਰਕਾਰ ਵੱਲੋਂ ਜਿਹੜੀ ਹੈਗੀ ਹੈ, ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਹੈ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ, ਉਹਦੇ ਤਹਿਤ ਸਾਰਾ ਜਿਹੜੀ ਕਾਮਯਾਬੀ ਹੈ। ਕੀ ਦਲੀਲਾਂ ਕਿਹਾ ਤੁਹਾਡੇ ਵੱਲੋਂ? ਸਾਡੇ ਵੱਲੋਂ ਦਲੀਲ ਇਹ ਸੀਗੀ ਕਿ ਇਹਨਾਂ ਦੇ ਇੱਕ ਤਾਂ ਪੁਲਿਸ ਰਿਮਾਂਡ ਨਹੀਂ ਹੋਣਾ ਚਾਹੀਦਾ, ਔਰ ਕਿਉਂਕਿ ਐਕਸਟ੍ਰੈਡੀਸ਼ਨ ਟ੍ਰੀਟੀ ਸੀਗੀ 2 ਕੰਟਰੀ ਦੇ ਵਿੱਚ, ਔਰ ਇਹਨਾਂ ਨੇ ਉੱਥੇ ਜੋ ਹਾਂਗਕਾਂਗ ਦੇ ਵਿੱਚ ਐਫੀਡੇਟ ਫਾਈਲ ਕੀਤੇ ਸੀਗੇ ਕਿ ਅਸੀਂ ਪੁਲਿਸ ਰਿਮਾਂਡ ਨਹੀਂ ਲਵਾਂਗੇ, ਔਰ ਉਸ ਬੇਸਿਸ 'ਤੇ ਪੁਲਿਸ ਰਿਮਾਂਡ ਨਹੀਂ ਹੋਇਆ, ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਗਿਆ 6-9 ਵਾਸਤੇ, ਔਰ ਸੈਂਟਰਲ ਜੇਲ੍ਹ ਨਾਭਾ ਵਿੱਚ ਨਿਊ ਜੇਲ੍ਹ ਨਾਭਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ। ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡ ਲੈ ਸਕਦੀ? ਬਿਕੋਜ਼ ਇਹ 2 ਕੇਸ ਸੀਗੇ ਜਿਨ੍ਹਾਂ 'ਚ ਇਹਨਾਂ ਨੇ ਆਪਣਾ ਐਫੀਡੇਟ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਂਗੇ, ਜੋ 2 ਕੰਟਰੀ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਸੀਗੀ, ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ, ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ।
ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ ਕਿਉਂਕਿ ਅੱਜ ਜੁਡੀਸ਼ੀਅਲ ਭੇਜਤਾ, ਜੇ ਲੈਣਾ ਹੁੰਦਾ ਤਾਂ ਆਈ ਥਿੰਕ ਅੱਜ ਉਹ ਕੁਛ ਕਰਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀ ਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਦਿੱਤੀ। 60 ਨੰਬਰ ਐਫ ਆਈ ਆਰ ਸੀਗੀ ਉਸ 'ਚ ਵੀ ਇਹ ਸੀਗੇ ਅਤੇ ਇੱਕ 142 ਅਤੇ ਦੋ ਹੈ ਜਿਹੜੇ ਦੋ ਐਫ ਆਈ ਆਰ ਨੇ ਜੀ, 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਵਾਰੰਟ 'ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ 'ਚੋਂ ਕਿਸੇ ਟਾਈਮ ਵੀ, ਜੋ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ। ਇਹਨਾਂ ਨੇ ਉੱਥੇ ਫਰੋਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੇ ਐਫਿਡ ਫਾਈਲ ਕੀਤੇ ਹੋਏ ਹੈ ਕਿ ਪੁਲਿਸ ਮਾਨ ਨਹੀਂ ਲਿਆ ਜਾਏਗਾ। 8 ਸਾਲ ਬਾਅਦ ਲੈ ਕੇ ਆਇਆ ਆ ਭਾਰਤ, ਅੱਜ ਪੰਜਾਬ ਲੈ ਕੇ ਆਇਆ, ਪੇਸ਼ ਕੀਤਾ, ਇੱਦਾਂ ਦੇ ਬਹੁਤ ਲੰਬਾ ਟਾਈਮ ਲੱਗਿਆ। ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ਼ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ। ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ, ਪਰ ਐਸ ਪਰ ਮਾਈ ਵਿਊਜ਼ ਦੇਖਦੇ ਆ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ। ਇਹ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਕਿ ਇਸਨੇ ਕੋਈ ਫੰਡਿੰਗ ਕੀਤੀ ਹੈ, ਜੋ ਨਾਭਾ ਜੇਲ੍ਹ ਬ੍ਰੇਕ ਦੇ ਕੁਛ ਲੋਕ ਸੀਗੇ ਉਹਨਾਂ ਨੂੰ ਉੱਥੋਂ ਦੀ ਭਜਾਉਣ ਦੇ ਵਾਸਤੇ ਫੰਡਿੰਗ ਕੀਤੀ ਹੈ, ਬਟ ਐਵੀਡੈਂਸ ਕੀ ਹੈ ਉਹ ਹੁਣ ਟ੍ਰਾਇਲ ਦੇ ਵਿੱਚ ਸਾਬਤ ਹੋਏਗਾ। ਤੇ ਜਿੱਧਰ ਰੋਮੀ ਹੈਗਾ ਸੀ ਜੀ ਉੱਧਰ ਕਿੰਨਾ ਟਾਈਮ ਕੇਸ ਚੱਲਿਆ? ਉੱਥੇ ਨੀਅਰ ਅਬਾਊਟ 6.5 ਸਾਲ ਦੀ ਕਸਟਡੀ ਜਿਹੜੀ ਆ ਉੱਥੇ ਇਨ ਕਸਟਡੀ ਗਿਆ, ਉੱਥੇ ਕੇਸ ਚੱਲਿਆ। 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ, 20 ਬੰਦਿਆਂ ਨੂੰ 2 ਬਰੀ ਕੀਤੇ ਗਏ ਆ, 10-10 ਸਾਲ ਦੀ ਸਜ਼ਾ ਹੋਈ ਹੈ, ਉਸ 'ਚ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲਵ ਕੀਤਾ ਗਿਆ? ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ਼ ਐਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਛ ਲੋਕਾਂ ਨੂੰ ਫੰਡਿੰਗ ਕੀਤੀ ਸੀਗੀ, ਭਜਾਉਣ 'ਚ ਮਦਦ ਕੀਤੀ ਹੈ, ਕੁਛ ਫੰਡਸ ਭੇਜੇ ਹੈ ਬਾਹਰੋਂ। ਹੁਣ ਉਹ ਫੰਡਸ ਕਿਆ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜੀਆਂ ਜਾਂ ਨਹੀਂ ਭੇਜੀਆਂ, ਇਸ ਨੇ ਭੇਜੀਆਂ ਉਹ ਟ੍ਰਾਇਲ ਦੇ ਵਿੱਚ ਸਾਬਤ ਹੋ। ਸਰ ਤੁਸੀਂ ਕੀ ਸਮਝਦੇ ਹੋ ਵੀ ਇੰਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ? ਪੰਜਾਬ ਗਵਰਨਮੈਂਟ ਜੋ ਪਹਿਲਾਂ ਇੱਕ ਫੇਲਿਅਰ ਹੋਈ ਸੀਗੀ, ਸ਼ਾਇਦ ਉਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਏਗੀ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਿ ਇੰਨਾ ਕੁ ਵੱਡਾ ਰੋਲ ਹੋਏਗਾ। ਬਾਕੀ ਟ੍ਰਾਇਲ 'ਤੇ ਦੇਖਾਂਗੇ ਕੀ ਐਵੀਡੈਂਸ ਲੈ ਕੇ ਆਉਂਦੇ ਨੇ ਇਹ।